बिस्मिल्लाहिर्रहमानिर्रहीम इराहीम असलकुम दोस्तों दोस्तों अ तारीख है बईस नवंबर दो हज़ार बई दिन है दा आकब उमैर जिला सरगोदा उन्हडियो है जी चार तो पाँच जानवर इस वीडियो दिखा दे इस तू अलावा भी केंद्र भिन्हें जानवर साढ़े को मौजूद ने सिर्फ इस वीडियो चार पाँच जानवर ला दे जी ਕੁਝ ਡਿਟੇਲ ਜਾਨਵਰਾਂ ਦੀ ਦੋਸਤੋ ਵੀਡੀਓ ਦੱਸਾਂ ਦੇ ਕੋਈ ਗੱਲ ਬਾਤ ਰਹਿ ਜੇ ਤੇ ਤੁਸੀਂ ਆਕਬ ਜਾਂ 우ਮੈਰ ਉਹਨਾਂ ਦੇ ਨੰਬਰ ਸਕਰੀਨ ਤੇ ਦੇ ਦਿੱਤੇ ਨੇ ਉਹਨਾਂ ਨਾਲ ਡਾਇਰੈਕਟ ਰਾਬਤਾ ਕਰਕੇ ਸੌਦਾ ਫਾਈਨਲ ਕਰ ਸਕਦੇ ਹੋ ਜੀ ਪਹਿਲੇ ਨੰਬਰ ਤੇ ਦੋਸਤੋ ਇੱਕ ਵੈਡ ਦਿਖਾ ਰਹੇ ਨੇ ਜੀ ਪਹਿਲਾ ਸੂਬਾ ਜੀ ਗੱਬਣੇ ਕੁਝ ਦਿਨ ਲੈਂਦੀ ਹੈ ਕੱਚੀ ਹੈ ਬਹੁਤ ਵੱਡਾ ਜਾਨਵਰ ਹੈ ਦੋਸਤੋ ਮਾਸ਼ਾਅੱਲਾ ਜੀ ਅੱਛਾ ਜਾਨਵਰ ਹੈ ਜੀ ਮਾਸ਼ਾਅੱਲਾ ਜੀ ਅੱਛਾ ਜਾਨਵਰ ਹੈ ਲੈਣਾ ਦੇਣਾ ਨਸੀਬ ਹੁੰਦਾ ਜੀ ਅੱਛਾ ਜਾਨਵਰ ਦੇਖੋ ਅੱਛੀ ਚੀਜ਼ ਦੇਖੋ ਦੋਸਤੋ ਮਾਸ਼ਾਅੱਲਾ ਜ਼ਰੂਰ ਕਹੋ ਜੀ ਬਾਕੀ ਅਦਰ ਜਗ੍ਹਾ ਅੱਛੀ ਵੈੜ ਕੋਲ ਜੀ ਪੁੱਠਾ ਬਾਡੀ ਸਟਰਕਚਰ ਅੱਛਾ ਹੈ ਜੀ WhatsApp ਨੰਬਰ ਤੇ ਰਾਬਤਾ ਕਰ ਲੈਣਾ ਹੈ ਆਕਬ ਨਾਲ ਜੀ लोकेशन जिला सरगोदा जी वट्सअप लोकेशन मंगा के मौके से जाओ जानवर चैक कर सकते हो जी पहले नंबर दोस्त दो गांध है वो उन्हें कीमत नहीं दसी उन्होंने क्या जी कॉल जरा दोस्त करे अभी या वट्सएप राबता कर लेता मैं डिटेल दस दें दूसरे नंबर से बैठे दोस्तों जी दूसरा सुबह सूई ने जी थलियाँ तो वछी है दुद्ध बोला इस टाइम कह रहे हैं तकरीबन चौबी पंजी किलो चबार ही है थान शान अच्छा है जी ਬਾਕੀ ਮਜ਼ੀਦ ਦੋਸਤੋ ਜਾ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਕਹਿ ਰਹੇ ਨੇ ਕੋਈ ਦੋਸਤ ਆ ਕੇ ਚੁਆਈ ਕਰ ਸਕਦਾ ਹੈ ਚੈੱਕ ਕਰ ਸਕਦਾ ਹੈ ਆਨਲਾਈਨ ਕਾਲ ਕਰ ਸਕਦਾ ਹੈ ਰਾਬਤਾ ਕਰ ਸਕਦਾ ਹੈ ਜੀ ਠੀਕ ਹੈ ਬਿਹਤਰ ਹੈ ਦੋਸਤੋ ਕੋਈ ਵੀ ਦੋਸਤ ਕੋਈ ਭਾਈ ਕਿਸੇ ਵੀ ਜਗ੍ਹਾ ਤੋਂ ਜਾਨਵਰ ਲੈਂਦੇ ਹੋ ਆਪਣੀ ਜਾਓ ਮੌਕੇ ਤੇ ਥਣ ਚੈੱਕ ਕਰੋ ਮੌਕੇ ਤੇ ਜਾਨਵਰ ਦੇਖੋ ਚੁਆਈ ਕਰੋ ਚੈੱਕ ਕਰੋ ਤਸੱਲੀ ਕਰੋ ਜੀ ਉਹ ਤੁਹਾਡਾ ਆਕੇ ਬਾਅਦ ਗਿੱਲੇ ਸ਼ਿਕਵੇ ਜਿਹੜੇ ਹੁੰਦੇ ਨੇ ਉਹ ਬੁਰੇ ਹੁੰਦੇ ਨੇ ਜੀ ਤਸੱਲੀ ਕਰਨਾ ਤੁਹਾਡਾ ਆਕੇ ਦੋਸਤੋ ਤੁਸੀਂ ਪੈਸੇ ਦੇਣੇ ਹੁੰਦੇ ਨੇ ਤੇ ਉਹ ਸਰਦਵੀ ਇਹ ਹੱਕ ਵੀ ਜੀ ਟਾਈਮ ਨਿਕਾਲੋ ਟਾਈਮ ਕੱਢੋ ਦੋਸਤੋ ਇਸ ਵੇਡ ਦੇ ਥੱਲੇ ਬੱਚੀ ਕਹਿ ਰਹੇ ਨੇ ਜੀ ਦੂਸਰਾ ਸੂਆ ਸੂਈ ਹੈ 2.5 26 ਲੀਟਰ ਦਾਸ ਰਹੇ ਨੇ ਜੀ ਬੋਲਾ ਬੋਲਾ ਤਾਜੀ ਸੂਈ ਹੈ ਅ ਦੋਸਤੋ ਇਸ ਵੇਡ ਦੀ ਜਿਹੜੀ ਕੀਮਤ ਤੇ ਡਿਮਾਂਡ ਹੈ ਉਹ 5 ਲੱਖ 50 ਹਜ਼ਾਰ ਹੈ ਮਜ਼ੀਦ ਦੋਸਤੋ ਕੋਈ ਗੱਲਬਾਤ ਇਸ ਬਾਰੇ ਇਸ ਗਾਂ ਦੀ ਰਹਿ ਗਈ ਹੋਵੇ ਉਤੋ ਦੀ ਵਟਸਐਪ ਤੇ ਕਾਲ ਜਾਂ ਰਾਬਤਾ ਕਰਕੇ ਜਾਂ ਕਾਲ ਕਰਕੇ ਆਕਬ ਕੋਲੋ ਪੁੱਛ ਸਕਦੇ ਹੋ ਜੀ ਬਾਕੀ ਆਪਣੀ ਤਸੱਲੀ ਕਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ 30 ਨੰਬਰ ਤੇ ਵੈਡ ਆ ਗਈ ਜੀ ਸੈਕੰਡ ਟਾਈਮਰ ਜੀ ਮਾਸ਼ਾਅੱਲਾ ਜੀ ਪਿਓਰ ਆਸਟ੍ਰੇਲੀਅਨ ਫਰੀਜ਼ਨ ਵੈਡ ਹੈ ਜੀ 10 12 ਦਿਨ ਲੈਂਦੀ ਦੋਸਤੋ ਟੈਂਸ਼ਨ ਨਾ ਚਾਹ ਕੱਚੀ ਵੈਡ ਹੈ ਜੀ ਅਲੀ ਕਿ ਬਾਕੀ ਇਨਸ਼ਾਅੱਲਾ ਜੀ ਕੱਚਾ ਦਾ ਅੱਛਾ ਵੈਟ ਦਾ ਲੱਗ ਰਿਹਾ ਜੀ ਬਾਡੀ ਅੱਛੀ ਲੱਗ ਰਹੀ ਵੈਟ ਦੀ ਜੀ ادي ਦੋਸਤੋ ਜਿਹੜੀ ਡਿਮਾਂਡ ਦੱਸ ਰਹੇ ਨੇ ਦੂਸਰਾ ਸੁਬਾ ਦਾ ਦੱਸ ਰਹੇ ਨੇ ਲੋਕੇਸ਼ਨ ਜ਼ਿਲ੍ਹਾ ਸਰਗੋਦਾ 4 ਲੱਖ ਤੇ 10 ਹਜ਼ਾਰ ਰੁਪਿਆ ਦੋਸਤੋ ਇਹਦੀ ਕੀਮਤ ਦੱਸ ਰਹੇ ਨੇ ਜੀ ਇਹ ਵੈਟ ਗੱਬਰ ਨੇ 10 12 ਦਿਨ ਕਹਿ ਰਹੇ ਨੇ ਲਈ ਲੈ ਜੇ ਦੀ 10 12 ਦਿਨਾਂ ਦੇ ਰਹਿੰਦੇ ਨੇ ਸੋਹਣੀ ਚੂਜੀ ਬਾਕੀ ਦੋਸਤੋ ਤੁਹਾਨੂੰ ਤੁਰਦੀ ਫਿਰਦੀ ਦਿਖਾ ਰਹੇ ਹਾਂ ਇੰਨੇ ਜਾਨਵਰਾਂ ਵਿੱਚੋਂ ਦੋਸਤੋ ਤੁਹਾਨੂੰ ਕੋਈ ਜਾਨਵਰ ਪਸੰਦ ਹੋਵੇ ਤੁਸੀਂ ਆਕਬ ਨਾਲ ਵਟਸਐਪ ਤੇ ਰਾਬਤਾ ਕਰ ਸਕਦੇ ਹੋ ਜੀ ਮੌਕੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਆਪਣੀ ਤਸੱਲੀ ਕਰ ਸਕਦੇ ਹੋ ਜੀ ਉਸ ਤੋਂ ਇਲਾਵਾ ਦੋਸਤੋ ਟਰਾਂਸਪੋਰਟ ਦੀ ਵੀ ਸਹੂਲਤ ਹੈ ਨੇ ਜੀ ਕਹਿ ਰਹੇ ਨੇ ਉਹ ਵੀ ਗੱਡੀ ਵਗੈਰਾ ਵੀ ਕਰ ਦੇਣਗੇ ਇਨਸ਼ਾਅੱਲਾ ਕਿਸੇ ਦੋਸਤ ਨੂੰ ਕੋਈ ਜਾਨਵਰ ਪਸੰਦ ਹੋਵੇ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਰਾਬਤਾ ਕਰ ਲੈਣਾ ਜੀ ਬਾਕੀ ਦੋਸਤੋ ਲਾਸਟ ਗਾਂ ਜੀ 4 ਨੰਬਰ ਤੇ ਜੀ ਇਹ ਵੀ ਤਾਜੀ ਸੂਈ ਨੇ ਜੀ ਇਹਦੇ ਥੱਲੇ ਵੱਚੀ ਹੈ ਜੀ ਦੂਸਰਾ ਸੂਆ ਸੂਈ ਹੈ ਦੋਦੇ ਦਾ ਤਕਰੀਬਨ 18 ਕਿਲੋ ਦੋ ਟੈਂਪ ਦਾ 10 ਰੇਨ ਜੀ ਚੋਲਸਤਾਨੀ ਫਰੀਜ਼ ਇਨ ਕਰਾਸ ਥੱਲੇ ਵੱਚੀ ਹੈ ਜੀ ਗਾਂ ਕੋਥਨ ਚੰਨਾ ਅੱਛਾ ਜੀ ਇਹਦੇ ਦੋਸਤੋ ਜਿਹੜੀ ਕੀਮਤ 10 ਰੇਨ ਉਹ ਸਾਡੇ 3 ਲੱਖ ਰੁਪਏ ਹੈ ਜੀ ਕਿਸੇ ਦੋਸਤ ਨੂੰ ਪਸੰਦ ਹੋਵੇ ਆਕਬ ਨਾਲ WhatsApp ਤੇ ਰਾਬਤਾ ਕਰ ਸਕਦਾ ਹੈ ਕਾਲ ਕਰ ਸਕਦਾ ਆਪਣੀ ਬੰਦੀ ਤਸੱਲੀ ਕਰਨੇ ਦਾ ਦੋਸਤੋ ਤੁਹਾਨੂੰ ਆਕੇ ਜਾਓ ਕੋਈ ਵੀ ਦੋਸਤ ਕਿਸੇ ਵੀ ਜਗ੍ਹਾ ਤੋਂ ਜਾਨਵਰ ਲੈਂਦੇ ਹੋ ਜੀ ਚੈੱਕ ਕਰੋ ਤਸੱਲੀ ਕਰੋ ਦੋ ਟਾਈਮ ਤਿੰਨ ਟਾਈਮ ਆਪਣੀ ਚੋਾਈ ਕਰੋ ਜੀ ਕਿਉਂਕਿ ਦੋਸਤੋ ਐਸਾ ਹਾਲ ਹੀ ਚੀਜ਼ਾਂ ਨੇ ਸਾਲਾ ਮਾਲ ਹੈ ਜੀ ਤੇ ਅੱਲਾਹ ਪਾਖ ਖੈਰ ਕਰੇ ਜੀ ਤੁਸਾਂ ਪੈਸੇ ਦੇਣੇ ਹੁੰਦੇ ਨੇ ਹਰ ਦੋਸਤ ਤੇ ਹਰ ਭਾਈਏ ਜੀ ਬਾਕੀ ਆਕਬ ਆਕਬ ਸਾਹਿਬ ਖੁਦ ਨੇ ਪਿੱਛੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਵਿੱਚ ਦੋਸਤੋ ਵੀਡੀਓ ਰਿਕਾਰਡ ਕੀਤੀ ਹੈ ਨਹੀਂ ਸ਼ਾਇਦ ਕੋ ਮਸਲਾ ਹੋਵੇ ਦਾ ਮਤਲਬ ਕਿ ਵਜ਼ੀਦ ਮੈਂ ਡਿਟੇਲ ਦੱਸ ਦਿੱਤੀ ਜੀ ਕੋਈ ਹੋਰ ਗੱਲ ਰਹਿ ਗਈ ਹੋਵੇ ਆਕਬ ਨਾਲ رابطہ ਕਰ ਲੋ ਜੀ WhatsApp ਤੇ ਲੋਕੇਸ਼ਨ ਮੰਗਾ ਲੋ ਉਹਨਾਂ ਨਾਲ ਟਾਈਮ ਬਣਾ ਕੇ ਜਾਨਵਰ ਦਾ ਟੋਕਨ ਬਿਆਨਾ ਕਰਾ ਕੇ ਚਲੇ ਜਾਓ ਚੈੱਕ ਕਰੋ ਤਸੱਲੀ ਕਰੋ ਜੀ ਅਸਲਾਮੁਅਲੈਕੁਮ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਦੁਆਵਾਂ ਯਾਦ ਰੱਖਣਾ ਆਪ ਦਾ ਖਿਆਲ ਰੱਖਣਾ ਫੀ ਅਮਾਨ